ਕਿਤਾਬ ਬੇਲਿਓ ਨਿਕਲਦੇ ਸ਼ੇਰ ਲੇਖਕ ਜਗਦੀਪ ਸਿੰਘ ਚੜਿਓ ਖਾਲਸੋ ਕਰ ਅਰਦਾਸ ਕਰੇ ਕੰਮ ਪੰਥ ਸਤਗੁਰ ਆਪ ਮथुरा ਤੇ ਕੋਇਲਗੜ੍ਹ ਉਜਾੜ ਕੇ ਅਬਦਾਲੀ ਲਸ਼ਕਰ ਬ੍ਰਿੰਦਾਵਨ ਵੱਲ ਵਧਿਆ ਬ੍ਰਿੰਦਾਵਨ ਦੀ ਧਰਤੀ ਵਿੱਚ ਵੀ ਸ਼ਹਿਰ ਵਾਸੀਆਂ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ ਗਏ ਕੁਝ ਨਾਗੇ ਸਾਧੂ ਮੁਕਾਬਲਾ ਕਰਨ ਲਈ ਅੱਗੇ ਆਏ ਉਹਨਾਂ ਨੇ ਕਈ ਅਫਗਾਨ ਸਿਪਾਹੀ ਭਾਰ ਬੁਲਾਏ ਪਰ ਅਬਦਾਲੀ ਲਸ਼ਕਰ ਨੂੰ ਰੋਕਦਾ ਹੋਇਆ ਬੋਲਿਆ ਇਹਨਾਂ ਨੰਗੇ ਸਾਧੂਆਂ ਤੋਂ ਸਾਨੂੰ ਕੀ ਪ੍ਰਾਪਤ ਹੋ ਸਕਦਾ ਹੈ ਸਵਾਹ ਸੰਖ ਤੇ ਸੁਲਫਾ ਇਹ ਸਾਡੇ ਕਿਸੇ ਕੰਮ ਨਹੀਂ ਸੋ ਇਹਨਾਂ ਨਾਲ ਉਲਝਣ ਦਾ ਕੋਈ ਲਾਭ ਨਹੀਂ ਅਬਦਾਲੀ ਨੇ ਗਰਮੀਆਂ ਦਾ ਆਉਂਦਾ ਮੌਸਮ ਦੇਖ ਕੇ ਮੁਖੀ ਸਰਦਾਰਾਂ ਤੇ ਫੌਜਦਾਰਾਂ ਨੂੰ ਲਸ਼ਕਰ ਅਫਗਾਨਿਸਤਾਨ ਵੱਲ ਤੋਰਨ ਲਈ ਹੁਕਮ ਦੇ ਦਿੱਤਾ ਸਾਨੂੰ ਹਿੰਦੁਸਤਾਨ ਦੀ ਗਰਮੀ ਤੋਂ ਪਹਿਲਾਂ ਪਹਿਲਾਂ ਕਾਬਲ ਮੋੜਨਾ ਚਾਹੀਦਾ ਹੈ ਸੋ ਲੁੱਟਦਾ ਮਾਲ ਸੰਭਾਲੋ ਤੇ ਕੂਚ ਦੀ ਤਿਆਰੀ ਕਰੋ ਅਬਦਾਲੀ ਜਾਣਦਾ ਸੀ ਐਤਕੀ ਹਮਲੇ ਵਿੱਚ ਲੁੱਟਦਾ ਮਾਲ ਜ਼ਿਆਦਾ ਇਕੱਠਾ ਹੋ ਗਿਆ ਹੈ ਹੁਣ ਵੱਡੀ ਜੰਗ ਇਸ ਨੂੰ ਸਹੀ ਸਲਾਮਤ ਕਾਬਲ ਪਹੁੰਚਾਉਣਾ ਹੈ। ਸੋ ਅਫਗਾਨਾਂ ਨੇ ਸਾਰਾ ਸਮਾਨ ਸੰਭਾਲ ਕੇ ਬੰਨਣਾ ਸ਼ੁਰੂ ਕਰ ਦਿੱਤਾ। ਕੀਮਤੀ ਸਮਾਨ ਲਸ਼ਕਰ ਦੇ ਵਿਚਾਲੇ ਤੇ ਬਾਕੀ ਅੱਡ-ਅੱਡ ਥਾਈਂ ਸਾਰੀ ਫੌਜ ਦੇ ਫੌਜਦਾਰਾਂ ਦੀ ਨਿਗਰਾਨੀ ਵਿੱਚ। ਪਰ ਲੁੱਟਦਾ ਸਮਾਨ ਭਾਵੇਂ ਕਿੰਨਾ ਹੀ ਕਿਉਣਾ ਸੰਭਾਲ ਕੇ ਬੰਨ ਲੈਂਦੇ ਪੰਜਾਬ ਦੇ ਜੰਗਲਾਂ ਤੋਂ ਲੁਕੋ ਕੇ ਨਹੀਂ ਰੱਖ ਸਕਦੇ ਸਨ। ਜੰਗਲਾਂ ਨੂੰ ਸਾਰਾ ਭੇਤ ਸੀ। ਸੋ ਜੰਗਲਾਂ ਵਿੱਚੋਂ ਆਏ ਬਾਗ ਅਬਦਾਲੀ ਦੇ ਲਸ਼ਕਰ ਹੁਤੇ ਕਈ ਥਾਈਂ ਟੁੱਟ-ਟੁੱਟ ਕੇ ਪਏ। ਤੇ ਲੁੱਟਦੇ ਸਮਾਨ ਸਣੇ ਕਈ ਅਫਗਾਨ ਵੀ ਪਾਰ ਬਲਾ ਦਿੱਤੇ ਅਬਦਾਲੀ ਦੇ ਲਸ਼ਕਰ ਕੋਲ ਹਿੰਦੁਸਤਾਨ ਦੀ ਇਹ ਲੁੱਟ ਕੋਈ 10-15 ਕਰੋੜ ਦੀ ਸੀ ਪਰ ਸਿੰਘਾਂ ਦੇ ਹਰ ਹੱਲੇ ਵਿੱਚ ਇਹ ਕਈ ਲੱਖ ਘਟ ਰਹੀ ਸੀ ਦਿੱਲੀ ਲੁੱਟ ਕੇ ਮੁੜ ਰਹੇ ਅਫਗਾਨ ਲਸ਼ਕਰ ਨੂੰ ਸਿੰਘਾਂ ਐਸੀ ਭਾਜੜ ਪਾਈ ਕਿ ਗਿਲਜੀਆਂ ਦੇ ਅੰਦਰ ਬਦਲੇ ਦੇ ਭਾਂਬੜ ਮਚਣ ਲੱਗੇ ਦਿੱਲੀ ਤੋਂ ਜੇਲਮ ਤੱਕ ਸਿੱਖ ਜਥਿਆਂ ਨੇ ਅਫਗਾਨਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ ਪਹਿਲਾਂ ਤਾਂ ਪਟਿਆਲੇ ਵਾਲੇ ਬਾਬਾ ਆਲਾ ਸਿੰਘ ਨੇ ਤਮੂਰ ਦੇ ਲਸ਼ਕਰ ਦਾ ਬਹੁਤ ਖਜ਼ਾਨਾ ਲੁੱਟਿਆ ਮੰਗਰੋਂ ਮਲੇਰਕੋਟਲੇ ਦੇ ਨੇੜੇ ਸਿੰਘਾਂ ਦੇ ਇੱਕ ਜਥੇ ਨੇ ਹੱਲਾ ਕਰਕੇ ਜਹਾਨਖਾਨ ਵਾਲਾ ਪਾਸਾ ਹੌਲਾ ਕੀਤਾ ਵਿਆਸ ਲਾਗੇ ਜਦ ਅਹਿਮਦ ਸ਼ਾਹ ਅਬਦਾਲੀ ਦਰਿਆ ਪਾਰ ਕਰ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਆਪਣੇ ਜਥੇ ਨਾਲ ਉਸ ਉੱਤੇ ਟੁੱਟ ਕੇ ਪੈ ਗਏ ਲੁੱਟਦਾ ਮਾਲ ਖੋਣ ਦੇ ਨਾਲ-ਨਾਲ ਉਹਨਾਂ ਨੇ ਅਫਗਾਨਾਂ ਦਾ ਕਾਫੀ ਜਾਨੀ ਨੁਕਸਾਨ ਵੀ ਕੀਤਾ ਸਿੰਘਾਂ ਦਾ ਡਰ ਅਫਗਾਨਾਂ ਅੰਦਰ ਐਸਾ ਬੈਠ ਚੁੱਕਾ ਸੀ ਕਿ ਇੱਕ ਸਮੇਂ ਤਾਂ ਦਰਾਨੀ ਫੌਜਾਂ ਵਿੱਚ ਇਹ ਅਫਵਾਹ ਤੱਕ ਉੱਡ ਗਈ ਸੀ ਕਿ ਸਹਿਜਾਦੇ ਤਮੂਰ ਨੂੰ ਸਿੰਘਾਂ ਨੇ ਕੈਦ ਕਰ ਲਿਆ ਹੈ। ਕੈਦ ਕਰਕੇ ਉਹਨਾਂ ਦਾ ਕੀ ਕਰਵਾਉਣਾ ਹੈ ਜੀ? ਸਹਿਜਾਦੇ ਨੂੰ ਤਾਂ ਉਹਨਾਂ ਕਤਲ ਕਰ ਦਿੱਤਾ ਹੈ। ਗੱਲਾਂ ਇੱਥੋਂ ਤੱਕ ਹੋਣ ਲੱਗੀਆਂ ਸਨ। ਤਮੂਰ ਤੱਕ ਜਦ ਇਹ ਖਬਰ ਪੁੱਜੀ ਤਾਂ ਉਹ ਆਪਣੀ ਫੌਜ ਦਾ ਢਾਰਸ ਬਣਾਉਣ ਲਈ ਸਾਹਮਣੇ ਆਇਆ। ਪਰ ਹੁਣ ਤੱਕ ਉਹ ਸਿੱਖਾਂ ਉੱਤੇ ਪੂਰੀ ਤਰ੍ਹਾਂ ਕਲਪ ਗਿਆ ਸੀ। ਕਿੱਡੀਆਂ ਵੱਡੀਆਂ ਤਾਕਤਾਂ ਮਿੱਟੀ ਵਿੱਚ ਮਿਲਾ ਕੇ ਮੋੜ ਰਹੇ ਹਨ ਤੇ ਕਿੰਨਾ ਜਾਗਲੀਆਂ ਤੋਂ ਮਾਰ ਖਾ ਰਹੇ ਹਨ। ਨੁਕਸਾਨ ਦੇਖ ਕੇ ਤੜਫਦਾ ਹੋਇਆ ਤਮੂਰ ਬੋਲਿਆ ਜੀ ਹਜ਼ੂਰ ਠੀਕ ਕਹਿੰਦੇ ਹੋ ਤੁਸੀਂ ਹਰ ਵਾਰ ਸਾਨੂੰ ਇਹਨਾਂ ਦੇ ਹੱਲਿਆਂ ਦੀ ਮਾਰ ਚੱਲਣੀ ਪੈਂਦੀ ਹੈ ਤੇ ਜਦ ਤੱਕ ਇਹਨਾਂ ਦਾ ਮੁਕੰਮਲ ਸਫਾਇਆ ਨਾ ਹੋਇਆ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ ਨਾਲ ਦੇ ਘੋੜੇ ਉੱਤੇ ਸਵਾਰ ਜਹਾਨ ਖਾਨ ਬੋਲਿਆ ਸਿੰਘਾਂ ਨੇ ਉਹਨਾਂ ਦਾ ਲਾਹੌਰ ਤੱਕ ਪਿੱਛਾ ਕੀਤਾ ਸਰਦਾਰ ਜੱਸਾ ਸਿੰਘ ਆਲੂਵਾਲੀ ਨੇ ਤਾਂ ਗੋਇੰਦਵਾਲ ਦੇ ਪੱਤਣ ਤੋਂ ਲੈ ਕੇ ਲਾਹੌਰ ਤਾਈਂ ਅਬਦਾਲੀ ਦੇ ਨੱਕ ਵਿੱਚ ਦਮ ਕਰੀ ਰੱਖਿਆ ਤੇ ਕਈ ਥਾਈਂ ਉਸ ਨੂੰ ਲੁੱਟਿਆ ਸਰਦਾਰ ਦਾ ਅਬਦਾਲੀ ਨੂੰ ਇਹ ਸਾਫ਼ ਸਨੇਹਾ ਸੀ ਕਿ ਇਹ ਧਰਤੀ ਖਾਲਸਾ ਜੀ ਦੀ ਹੈ ਇੱਥੇ ਨਾ ਤਾਂ ਉਹ ਬਿਨਾ ਕਿਸੇ ਵਿਰੋਧ ਤੋਂ ਦਾਖਲ ਹੋ ਸਕਦੇ ਹਨ ਤੇ ਨਾ ਹੀ ਉਹਨਾਂ ਦੇ ਲੁੱਟੇ ਬਿਨਾ ਇੱਥੋਂ ਵਾਪਸ ਮੁੜਨ ਦਿੱਤਾ ਜਾਏਗਾ। ਸ਼ਾਹ ਜਦੋਂ ਲਾਹੌਰ ਦਾ ਹਾਕਮ ਆਪਣੇ ਪੁੱਤਰ ਤਮੂਰ ਨੂੰ ਤੇ ਬਖਸ਼ੀ ਜਹਾਂ ਖਾਨ ਨੂੰ ਉਸ ਦਾ ਨਾਇਬ ਲਾ ਕੇ ਕਾਬਲਵਲ ਮੁੜਿਆ ਤਾਂ ਗੁਜਰਾਵਾਲੇ ਤੋਂ ਸਰਦਾਰ ਚੜਤ ਸਿੰਘ ਉਸ ਦੇ ਮੰਗਰ ਹੋਤਰ ਆ। ਅਬਦਾਲੀ ਆਪਣੀ 10000 ਫੌਜ ਤਮੂਰ ਕੋਲ ਲਾਹੌਰ ਛੱਡ ਗਿਆ ਸੀ। ਜਦ ਤੱਕ ਅਬਦਾਲੀ ਸਿੰਧ ਪਾਰ ਨਹੀਂ ਕਰ ਗਿਆ ਸਰਦਾਰ ਚੜਤ ਸਿੰਘ ਨੇ ਉਸ ਦੇ ਨੱਕ ਵਿੱਚ ਦਮ ਕਰੀ ਰੱਖਿਆ। ਸਵੇਰੇ ਆਥਣੇ ਰਾਤ ਇਸ ਰਣਨੀਤੀ ਨਾਲ ਹਮਲੇ ਕੀਤੇ ਕੀ ਨਾ ਤਾਂ ਅਫਗਾਨ ਬੇਫਿਕਰੀ ਨਾਲ ਅੱਗੇ ਵੱਧ ਸਕੇ ਤੇ ਨਾ ਹੀ ਖੜ ਕੇ ਲੜ ਸਕੇ ਲੁੱਟਦੇ ਬਜੇ ਖੁਜੇ ਮਾਲ ਦਾ ਫਿਕਰ ਅਬਦਾਲੀ ਨੂੰ ਵਖਰਾ ਸਤਾ ਰਿਹਾ ਸੀ ਇਸ ਵਦ ਵਖਤ ਨੇ ਕਦੇ ਸਾਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਬੇਬਸਬਦਾ ਦੀ ਬੋਲਿਆ ਉਸਨੇ ਸਿੰਧ ਤੋਂ ਲਾਹੌਰ ਵਾਪਸ ਮੁੜਦੇ ਜਹਾਨ ਖਾਨ ਨੂੰ ਸੱਦਿਆ ਤੇ ਕਹਿਣ ਲੱਗਾ ਜੇ ਤੂੰ ਮੇਰੇ ਮੁੜਦੇ ਤੱਕ ਇਨ੍ਹਾਂ ਕਾਫਰ ਸਿੱਖਾਂ ਉੱਤੇ ਕਾਬੂ ਪਾ ਲਵੇਂ ਤਾਂ ਮੇਰੇ ਵੱਲੋਂ ਵੱਡੇ ਇਨਾਮ ਦਾ ਹੱਕਦਾਰ ਹੋਏਗਾ ਜੀ ਦੁਰੇਦਰਾਨੀ ਮੈਂ ਆਪਣੀ ਪੂਰੀ ਵਾਹ ਲਾ ਦੇਵਾਂਗਾ ਤੇ ਤੁਹਾਡੇ ਆਉਂਦਿਆਂ ਨੂੰ ਇਹਨਾਂ ਸਿੱਖਾਂ ਦਾ ਪੰਜਾਬ ਦੀ ਧਰਤੀ ਤੋਂ ਮੁਕੰਮਲ ਸਫਾਇਆ ਹੋ ਚੁੱਕਾ ਹੋਵੇਗਾ ਆਮੀਨ ਕਹਿੰਦੇ ਆ ਅਬਦਾਲੀ ਨੇ ਜਹਾਂ ਖਾਂ ਨੂੰ ਬੇਤਕ ਕੀਤਾ ਆਪਣੇ ਆਪ ਨੂੰ ਪੰਜਾਬ ਦੇ ਦਾਵੇਦਾਰ ਸਮਝਣ ਵਾਲੇ ਦਿੱਲੀ ਦੇ ਮੁਗਲਾਂ ਨੇ ਅਬਦਾਲੀ ਅੱਗੇ ਸਿਰ ਝੁਕਾ ਲਿਆ ਸੀ ਹੁਣ ਅਫਗਾਨ ਆਪਣੇ ਆਪ ਨੂੰ ਪੰਜਾਬ ਦੇ ਮਾਲਕ ਸਮਝ ਰਹੇ ਸਨ ਪਰ ਇਸ ਧਰਤੀ ਦਾ ਅਸਲੀ ਵਾਰਸਤਾ ਕੋਈ ਹੋਰ ਸੀ ਤੇ ਉਹ ਜੰਗਲਾਂ ਨੂੰ ਘਰ ਬਣਾਈ ਬੈਠਾ ਸੀ ਹੁਣ ਦਿਨ ਥੋੜੇ ਹੀ ਜਾਂਦੇ ਸਨ ਤੇ ਸਿੰਘਾਂ ਨੇ ਰਾਜ ਭਾਗ ਦੇ ਵਾਰਸ ਬਣ ਜਾਣਾ ਸੀ। ਖਾਲਸਾ ਭਾਵੇਂ ਜੰਗਲਾਂ ਵਿੱਚ ਵਿਚਰ ਰਿਹਾ ਸੀ ਉਹਨਾਂ ਕੋਲ ਰਾਜ ਭਾਗ ਦੀਆਂ ਨਿਸ਼ਾਨੀਆਂ ਵੱਡੇ ਵੱਡੇ ਕਿਲੇ ਤੇ ਮਹਿਲ ਮਾੜੀਆਂ ਨਹੀਂ ਸਨ ਪਰ ਅਸਲ ਗੱਲ ਇਹ ਵੀ ਸੀ ਕਿ ਖਾਲਸੇ ਨੂੰ ਇੰਨਾ ਕਿਲੇ ਤੇ ਮਹਿਲਾਂ ਦੀ ਇੱਛਾ ਵੀ ਨਹੀਂ ਸੀ। ਖਾਲਸਾ ਤਾਂ ਹੰਨੇ-ਹੰਨੇ ਪਾਤਸ਼ਾਹੀ ਮੰਨਦਾ ਸੀ। ਉਹ ਤਾਂ ਬਿਨਾਂ ਕਿਸੇ ਕਿੱਲੇ ਕੋਟ ਤੋਂ ਘੋੜਿਆਂ ਦੀਆਂ ਕਾਠੀਆਂ ਉੱਤੇ ਬੈਠਾ ਹੀ ਕਾਬਲ ਲਾਹੌਰ ਸਰਹੰਦ ਤੇ ਦਿੱਲੀ ਜਈਆਂ ਤਾਕਤਾਂ ਨੂੰ ਵਖਤ ਪਾਈ ਬੈਠਾ ਸੀ। ਜੇ ਦਿੱਲੀ ਤੇ ਲਾਹੌਰ ਵਾਂਗ ਸਿੱਖਾਂ ਦੀ ਬਿਰਤੀ ਵੀ ਸਿਰਫ ਰਾਜ ਭਾਗ ਭੋਗਣ ਦੀ ਹੁੰਦੀ ਤਾਂ ਉਹਨਾਂ ਵੀ ਸਮਝੌਤਿਆਂ ਤੇ ਹਸਤਾਖਰ ਕਰਕੇ ਹੁਣ ਨੂੰ ਅਫਗਾਨਾਂ ਨਾਲ ਸੰਧੀ ਕਰ ਲੈਣੀ ਸੀ ਤੇ ਅਬਦਾਲੀ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਲਾਹੌਰ ਸਰਾਂਦ ਦੀਆਂ ਕੁੰਜੀਆਂ ਫੜਾ ਦੇਣੀਆਂ ਸਨ ਪਰ ਇਹ ਧਰਤੀ ਤਾਂ ਖਾਲਸੇ ਦੀ ਹੀ ਸੀ ਸਾਰੀ ਦੀ ਸਾਰੀ ਰਾਜ ਕਰਨ ਵਾਲੇ ਤੇ ਸੂਬੇਦਾਰੀਆਂ ਨਵਾਬੀਆਂ ਵੰਡਣ ਵਾਲੇ ਵਿਦੇਸ਼ੀ ਸਨ ਖਾਲਸੇ ਦਾ ਟੀਚਾ ਰਾਜ ਭਾਗ ਕਰਨਾ ਨਹੀਂ ਸੀ ਉਹਨਾਂ ਨੇ ਤਾਂ ਵਿਦੇਸ਼ੀਆਂ ਨੂੰ ਆਪਣੀ ਧਰਤੀ ਤੋਂ ਦਬਲਣਾ ਸੀ ਪਰ ਹੁਣ ਤੱਕ ਇਹ ਗੱਲ ਅਬਦਾਲੀ ਦੇ ਖਾਨੇ ਵੀ ਪਹਿ ਚੁੱਕੇ ਸੀ ਕਿ ਸਿੱਖਾਂ ਨੂੰ ਨੱਥ ਪਾਏ ਬਿਨਾ ਪੰਜਾਬ ਕਬਜ਼ੇ ਵਿੱਚ ਨਹੀਂ ਆ ਸਕਦਾ। ਪੰਜਾਬ ਉੱਤੇ ਸ਼ਾਂਤੀ ਨਾਲ ਰਾਜ ਕਰਨ ਦੀ ਤਾਂ ਛੱਡੋ ਸਿੱਖਾਂ ਦੇ ਹੁੰਦਿਆਂ ਅਫਗਾਨ ਬੇਫਿਕਰੀ ਨਾਲ ਪੰਜਾਬ ਵਿੱਚੋਂ ਲੰਘ ਵੀ ਨਹੀਂ ਸਕਦੇ ਸਨ। ਆਉਂਦਿਆਂ ਜਾਂਦਿਆਂ ਨੂੰ ਸਿੰਘਾਂ ਨੇ ਠਿੱਠ ਕਰਨਾ ਹੀ ਸੀ। ਸੋ ਅਬਦਾਲੀ ਸਿੱਖਾਂ ਨੂੰ ਹੁਣ ਰਾਹ ਦੇ ਕੰਡੇ ਸਮਝਦਾ ਸੀ, ਐਸੇ ਕੰਡੇ ਜਿਹੜੇ ਭਾਵੇਂ ਲੋਹੇ ਦੇ ਜੋੜੇ ਪਾ ਲਓ ਤਾਂ ਵੀ ਪੈਰ ਬੰਨ ਜਾਣ। ਸੋ ਲਾਹੌਰ ਦੇ ਤੱਕ ਤੋਤੇ ਬੈਠਦੇ ਅਸੀਂ ਤਮੂਰ ਦਾ ਪਹਿਲਾ ਕੰਮ ਸਿੰਘਾਂ ਨੂੰ ਰਸਤੇ ਚੋਂ ਪਾਸੇ ਕਰਨਾ ਸੀ ਉਸਨੇ ਆਪਣਾ ਸਾਰਾ ਧਿਆਨ ਖਾਲਸੇ ਵੱਲ ਕਰ ਲਿਆ ਸ਼ਕਤੀ ਹੁੰਦੀ ਦੇਖ ਕੇ ਕੁਝ ਸਿੰਘ ਪਹਾੜਾਂ ਵੱਲ ਤੇ ਕੁਝ ਮਾਲਵੇ ਵੱਲ ਨਿਕਲ ਗਏ ਹਿੰਦੁਸਤਾਨ ਦੇ ਸੈਂਕੜੇ ਮੰਦਰ ਮਿੱਟੀ ਵਿੱਚ ਮਿਲਾਏ ਨੇ ਅਸੀਂ ਅੱਜ ਤੱਕ ਕਿਸੇ ਤੋਂ ਸਾਡੀ ਲਤ ਨਹੀਂ ਪੰਨੀ ਗਈ ਕੋਈ ਕੁਸਕਿਆ ਵੀ ਨਹੀਂ ਸਾਡੇ ਅੱਗੇ ਹਰ ਮੰਦਰ ਹਿੰਦੁਸਤਾਨ ਦੇ ਦੂਜੇ ਮੰਦਰਾਂ ਨਾਲੋਂ ਵੱਖਰਾ ਹੈ ਹਜੂਰ ਤੇ ਹਰ ਮੰਦਰ ਨੂੰ ਮੰਨਣ ਵਾਲੇ ਵੀ ਹਿੰਦੁਸਤਾਨੀਆਂ ਜਹੇ ਨਹੀਂ ਹਨ ਇੰਨਾ ਦਾ ਸਦਕਾ ਭਰੋਸਾ ਪਰਪਖਤਾ ਵਾਲਾ ਹੈ ਜਦ ਤਮੂਰ ਫੌਜ ਨੂੰ ਅੰਮ੍ਰਿਤਸਰ ਸਾਹਿਬ ਹਮਲੇ ਲਈ ਤਿਆਰ ਕਰਨ ਲੱਗਾ ਤਾਂ ਲਾਹੌਰ ਦਾ ਇੱਕ ਮੋਮਦਿੱਲ ਮੌਲਵੀ ਜਹਾਨ ਖਾਨ ਕੋਲ ਆਇਆ ਤੇ ਹਰਮੰਦਰ ਸਾਹਿਬ ਉੱਤੇ ਹਮਲੇ ਤੋਂ ਬਰਜਣ ਲੱਗਾ ਹਰਮੰਦਰ ਵਿੱਚ ਬਹੁਤ ਕਰਾਮਾਤੀ ਤਾਕਤ ਹੈ ਹਜੂਰ ਤੇ ਹਰਮੰਦਰ ਦੇ ਰਾਖੇ ਕੋਣ ਸਿੱਖ ਉਹਨਾਂ ਨੂੰ ਹੀ ਤਾਂ ਸਬਕ ਸਿਖਾਉਣਾ ਹੈ ਨਾ ਹਰਮੰਦਰ ਛੱਡਣਾ ਹੈ ਤੇ ਨਾ ਹਰਮੰਦਰ ਦੇ ਰਾਖੇ ਜਹਾਨ ਖਾਨ ਨੇ ਅੰਮ੍ਰਿਤਸਰ ਵੱਲ ਚੜਾਈ ਕਰ ਦਿੱਤੀ ਸਭ ਤੋਂ ਪਹਿਲਾਂ ਉਸਨੇ ਰੁੱਖ ਰਾਮਰੌਣੀ ਦੇ ਕਿਲੇ ਦਾ ਕੀਤਾ ਜਿਹੜੀ ਕਿ ਸਰਦਾਰ ਜੱਸਾ ਸਿੰਘ ਆਰਾਮਗੜੀਆਂ ਨੇ ਮੁੜ ਪੱਕੀ ਉਸਾਰ ਲਈ ਸੀ ਤੇ ਜਿਸ ਨੂੰ ਹੁਣ ਰਾਮਗੜ੍ਹ ਕਹਿਣ ਲੱਗੇ ਸਨ ਜਹਾਂਣ ਖਾਨ ਨੇ ਰਾਮਗੜ੍ਹ ਧਵਾ ਦਿੱਤਾ ਤੇ ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਲੁੱਟ ਮਚਾ ਦਿੱਤੀ ਹੁਣ ਉਸਨੇ ਰੁੱਖ ਦਰਬਾਰ ਸਾਹਿਬ ਵੱਲ ਕਰ ਲਿਆ